ਜਿਹੜਾ ਸਬ ਸਟੈਂਡਰਡ ਹੁੰਦਾ ਜੇ ਕੁਛ ਜਿਹੜੀਆਂ ਆਈਟਮਾਂ ਹੁੰਦੀਆਂ ਨੇ ਤੈਅ ਮਾਤਰਾ ਤੋਂ ਜਦੋਂ ਜ਼ਿਆਦਾ ਜਾਂ ਘੱਟ ਪਾਈਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਬ ਸਟੈਂਡਰਡ ਡਿਕਲੇਅਰ ਕਰ ਦਿੱਤਾ ਜਾਂਦਾ ਜੀ। ਇਹ ਜਿਹੜੇ ਇਹਦੇ ਵਿੱਚ ਦੋ ਸਬ ਸਟੈਂਡਰਡ ਆਏ ਹਨ ਉਹਦੇ ਵਿੱਚ ਜਿਹੜਾ ਆਰਟੀਫਿਸ਼ਲ ਸਵੀਟਨਰ ਜਿਵੇਂ ਕਹਿ ਦਿੰਦੇ ਆ ਵੀ ਸੈਕਰਿਨ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਆਈ ਹੈ ਅਤੇ ਉਸ ਦੇ ਸੰਬੰਧ ਦੇ ਵਿੱਚ ਉਹ ਸਬ ਸਟੈਂਡਰਡ ਆਏ ਨੇ ਜੀ। ਡਾਕਟਰ ਸਾਹਿਬ ਜੇ ਗੱਲ ਕਰੀਏ ਸਕਰੀਨ ਦੀ ਗੱਲ ਤੁਸੀਂ ਕਰ ਰਹੇ ਹੋ, ਸਕਰੀਨ ਜਿਹਨੂੰ ਆਮ ਭਾਸ਼ਾ 'ਚ ਕਿਹਾ ਜਾਂਦਾ, ਇੱਕ ਮਿੱਠਾ ਹੁੰਦਾ ਇਹ, ਕੀ ਕੇਕ ਦੇ ਵਿੱਚ ਜਾਂ ਹੋਰ ਖਾਣ ਵਾਲੀਆਂ ਪਦਾਰਥਾਂ ਦੇ ਵਿੱਚ ਜਿਹਦੀ ਮਾਤਰਾ ਵੱਧ ਜੇ ਤਾਂ ਕਿ ਉਹ ਹਾਨੀਕਾਰਕ ਹੁੰਦਾ? ਨਹੀਂ, ਇਸ ਬਾਰੇ ਤਾਂ ਸਾਨੂੰ ਅਸੀਂ ਕੈਮੀਕਲ ਐਗਜ਼ਾਮੀਨਰ ਤੋਂ ਜਾਂ ਇਹਨੂੰ ਦੇਖਾਂਗੇ, ਪਰੰਤੂ ਵੀ ਕਿਸ ਮਾਤਰਾ 'ਤੇ ਜਾ ਕੇ ਇਹ ਹਾਨੀਕਾਰਕ ਹੁੰਦਾ ਹੈਗਾ, ਅਤੇ ਪਰੰਤੂ ਕੁਛ ਤੈਅ ਮਾਤਰਾ ਤੱਕ ਹੁੰਦਾ ਤਾਂ ਉਹ ਸਟੈਂਡਰਡ ਹੀ ਸੈਂਪਲ ਹੁੰਦੇ ਨੇ ਜੀ। ਅਤੇ ਡਾਕਟਰ ਸਾਹਿਬ ਜੇ ਹੋਰ ਗੱਲਾਂ ਕਰੀਏ ਸੀ, ਜਿਸ ਤਰ੍ਹਾਂ ਇੱਕ ਚੋਕਲੇਟ ਖਾਣ ਨਾਲ ਬੱਚੀ ਦੀ ਸਿਹਤ ਖਰਾਬ ਹੋਈ ਸੀ, ਉਸ ਤੋਂ ਬਾਅਦ ਤੁਸੀਂ ਦੁਬਾਰਾ ਚੈਕਿੰਗ ਕੀਤੀ ਆ, ਟੀਮਾਂ ਨੇ ਰੇਡਸ ਕੀਤੀਆਂ ਨੇਗੀਆਂ, ਕੀ ਲੱਗਦਾ ਜਦੋਂ ਸੈਂਪਲ ਭਰੇ ਜਾਂਦੇ ਨੇ ਤਾਂ ਕਿਹੜੇ ਕਿਹੜੇ ਮਾਪਦੰਡ ਹੁੰਦੇ ਨੇ ਕਿ ਉਹਨਾਂ ਨੂੰ ਆਪਾਂ ਚੈੱਕ ਕਰਦੇ ਹਾਂ ਅਤੇ ਉਹ ਲੈਬੋਰਟਰੀ ਦੇ ਵਿੱਚ ਉਹਨਾਂ ਦੀ ਰਿਪੋਰਟ ਆਉਂਦੀ ਹੈ ਅਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਿੰਨੀ ਕੁ ਸਿਹਤ ਵਿਭਾਗ ਵੱਲੋਂ ਹੁੰਦੀ ਆ? ਨਹੀਂ ਜੀ, ਅਸੀਂ ਜਿਹੜੇ ਸੈਂਪਲ ਆ ਉਹ ਕਲੈਕਟ ਕਰਕੇ ਅਸੀਂ ਆਪਣੀ ਲੈਬੋਰਟਰੀ 'ਚ ਭੇਜਦੇ ਹਾਂ, ਉਹ ਲੈਬੋਰਟਰੀ ਉਹਦੇ ਅਕੋਰਡਿੰਗ ਟੂ ਪੈਰਾਮੀਟਰਸ ਉਹ ਟੈਸਟ ਕਰਦੀ ਹੈ, ਟੈਸਟ ਕਰਨ ਤੋਂ ਬਾਅਦ ਜਦੋਂ ਰਿਪੋਰਟ ਆ ਜਾਂਦੀ ਹੈ ਤਾਂ ਅਕੋਰਡਿੰਗ ਟੂ ਲਾਅ ਉਹਦੇ ਉੱਤੇ ਪ੍ਰੋਸੀਡਿੰਗਸ ਕੀਤੀਆਂ ਜਾਂਦੀਆਂ ਨੇ। ਸਰ ਜੇ ਮਾਨਵੀ ਦੀ ਗੱਲ ਕਰੀਏ, ਜਿਹਦੀ ਮੌਤ ਹੋ ਗਈ ਸੀ, ਕੇਕ ਦਾ ਹਵਾਲਾ ਦਿੱਤਾ ਗਿਆ ਕਿ ਕੇਕ ਖਾਣ ਨਾਲ ਹੋਈ ਹੈ, ਅਤੇ ਹੁਣ ਉਹਦੀ ਜਿਹੜੀ ਮੇਦੇ ਦੀ ਰਿਪੋਰਟ ਹੈ, ਕਿਹਾ ਸੀ ਕਿ ਜਿਹੜਾ ਵਿਸਰਾ ਹੈਗਾ ਜਾਂ ਸਰੀਰ ਦੇ ਵੱਖ ਵੱਖ ਅੰਗਾਂ ਦੇ ਸੈਂਪਲ ਭੇਜੇ ਨੇ, ਉਹ ਰਿਪੋਰਟ ਹਜੇ ਬਾਅਦ 'ਚ ਆਉਣੀ ਹੈ, ਪਰ ਜੇਕਰ ਅਸੀਂ ਇਹ ਦੇਖੀਏ ਕਿ ਜੇ ਰਿਪੋਰਟ ਦੇ ਵਿੱਚ ਕੋਈ ਐਸਾ ਪਦਾਰਥ ਪਾਇਆ ਜਾਂਦਾ ਤਾਂ ਸਿਹਤ ਵਿਭਾਗ ਉਹਦੇ ਵਿੱਚ ਪਾਰਟੀ ਬਣੂਗਾ, ਜਿਹੜਾ ਪਰਿਵਾਰ ਹੈ ਉਹ ਪਾਰਟੀ ਬਣ ਕੇ ਪੁਲਿਸ ਕੋਲ ਜਾਊਗਾ? ਨਹੀਂ, ਉਹਦੇ ਵਿੱਚ ਤਾਂ ਜਿਹੜੇ ਉਹ ਪੁਲਿਸ ਨੇ ਹੀ ਕੇਸ ਰਜਿਸਟਰ ਕਰਨਾ ਹੈਗਾ, ਉਹਦੇ ਵਿੱਚ ਸਾਡੇ ਦਾ ਨਾਲ ਤਲਕ ਨਹੀਂ ਰੱਖਦੇ, ਕਿਉਂਕਿ ਉਹ ਪੋਸਟਮਾਰਟਮ ਡਾਕਟਰਸ ਦੱਸਣਗੇ ਜਾਂ ਰਿਪੋਰਟਾਂ ਦੱਸਣਗੀਆਂ ਰਿਪੋਰਟਾਂ ਜੀ। ਡਾਕਟਰ ਸਾਹਿਬ ਇੱਕ ਲਾਸਟ ਸਵਾਲ ਹੈ ਮੇਰਾ ਕਿ ਜਿਹੜਾ ਸਬ ਸਟੈਂਡਰਡ ਆਇਆ ਦੋ ਦਾ, ਇਹਦੇ ਵਿੱਚ ਕਿੰਨੀ ਕੁ ਜਿਹੜੀ ਕਾਨੂੰਨੀ ਕਾਰਵਾਈ ਹੈ ਸਿਹਤ ਵਿਭਾਗ ਵੱਲੋਂ ਹੁੰਦੀ ਹੈ ਅਤੇ ਉਹ ਕਿੰਨੀ ਕੁ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਜਾ ਰਹੀ ਹੈ? ਨਹੀਂ, ਅਸੀਂ ਉਹਨਾਂ ਦੇ ਉੱਤੇ ਲੀਗਲ ਕੇਸ ਪਾਵਾਂਗੇ ਸਬ ਸਟੈਂਡਰਡ ਦਾ, ਉਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਹੀ ਜੋ ਕਰਨਾ ਤਾਂ ਉਹ ਕੀਤਾ ਜਾਊਗਾ। ਜਿਹੜਾ ਸਬ ਸਟੈਂਡਰਡ ਹੁੰਦਾ ਜੇ ਕੁਛ ਜਿਹੜੀਆਂ ਆਈਟਮਾਂ ਹੁੰਦੀਆਂ ਨੇ ਤੈਅ ਮਾਤਰਾ ਤੋਂ ਜਦੋਂ ਜ਼ਿਆਦਾ ਜਾਂ ਘੱਟ ਪਾਈਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਬ ਸਟੈਂਡਰਡ ਡਿਕਲੇਅਰ ਕਰ ਦਿੱਤਾ ਜਾਂਦਾ ਜੀ। ਇਹ ਜਿਹੜੇ ਇਹਦੇ ਵਿੱਚ ਦੋ ਸਬ ਸਟੈਂਡਰਡ ਆਏ ਹਨ ਉਹਦੇ ਵਿੱਚ ਜਿਹੜਾ ਆਰਟੀਫਿਸ਼ਲ ਸਵੀਟਨਰ ਜਿਵੇਂ ਕਹਿ ਦਿੰਦੇ ਆ ਵੀ ਸੈਕਰਿਨ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਆਈ ਹੈ ਅਤੇ ਉਸ ਦੇ ਸੰਬੰਧ ਦੇ ਵਿੱਚ ਉਹ ਸਬ ਸਟੈਂਡਰਡ ਆਏ ਨੇ ਜੀ। ਡਾਕਟਰ ਸਾਹਿਬ ਜੇ ਗੱਲ ਕਰੀਏ ਸਕਰੀਨ ਦੀ ਗੱਲ ਤੁਸੀਂ ਕਰ ਰਹੇ ਹੋ, ਸਕਰੀਨ ਜਿਹਨੂੰ ਆਮ ਭਾਸ਼ਾ 'ਚ ਕਿਹਾ ਜਾਂਦਾ, ਇੱਕ ਮਿੱਠਾ ਹੁੰਦਾ ਇਹ, ਕੀ ਕੇਕ ਦੇ ਵਿੱਚ ਜਾਂ ਹੋਰ ਖਾਣ ਵਾਲੀਆਂ ਪਦਾਰਥਾਂ ਦੇ ਵਿੱਚ ਜਿਹਦੀ ਮਾਤਰਾ ਵੱਧ ਜੇ ਤਾਂ ਕਿ ਉਹ ਹਾਨੀਕਾਰਕ ਹੁੰਦਾ? ਨਹੀਂ, ਇਸ ਬਾਰੇ ਤਾਂ ਸਾਨੂੰ ਅਸੀਂ ਕੈਮੀਕਲ ਐਗਜ਼ਾਮੀਨਰ ਤੋਂ ਜਾਂ ਇਹਨੂੰ ਦੇਖਾਂਗੇ, ਪਰੰਤੂ ਵੀ ਕਿਸ ਮਾਤਰਾ 'ਤੇ ਜਾ ਕੇ ਇਹ ਹਾਨੀਕਾਰਕ ਹੁੰਦਾ ਹੈਗਾ, ਅਤੇ ਪਰੰਤੂ ਕੁਛ ਤੈਅ ਮਾਤਰਾ ਤੱਕ ਹੁੰਦਾ ਤਾਂ ਉਹ ਸਟੈਂਡਰਡ ਹੀ ਸੈਂਪਲ ਹੁੰਦੇ ਨੇ ਜੀ। ਅਤੇ ਡਾਕਟਰ ਸਾਹਿਬ ਜੇ ਹੋਰ ਗੱਲਾਂ ਕਰੀਏ ਸੀ, ਜਿਸ ਤਰ੍ਹਾਂ ਇੱਕ ਚੋਕਲੇਟ ਖਾਣ ਨਾਲ ਬੱਚੀ ਦੀ ਸਿਹਤ ਖਰਾਬ ਹੋਈ ਸੀ, ਉਸ ਤੋਂ ਬਾਅਦ ਤੁਸੀਂ ਦੁਬਾਰਾ ਚੈਕਿੰਗ ਕੀਤੀ ਆ, ਟੀਮਾਂ ਨੇ ਰੇਡਸ ਕੀਤੀਆਂ ਨੇਗੀਆਂ, ਕੀ ਲੱਗਦਾ ਜਦੋਂ ਸੈਂਪਲ ਭਰੇ ਜਾਂਦੇ ਨੇ ਤਾਂ ਕਿਹੜੇ ਕਿਹੜੇ ਮਾਪਦੰਡ ਹੁੰਦੇ ਨੇ ਕਿ ਉਹਨਾਂ ਨੂੰ ਆਪਾਂ ਚੈੱਕ ਕਰਦੇ ਹਾਂ ਅਤੇ ਉਹ ਲੈਬੋਰਟਰੀ ਦੇ ਵਿੱਚ ਉਹਨਾਂ ਦੀ ਰਿਪੋਰਟ ਆਉਂਦੀ ਹੈ ਅਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਿੰਨੀ ਕੁ ਸਿਹਤ ਵਿਭਾਗ ਵੱਲੋਂ ਹੁੰਦੀ ਆ? ਨਹੀਂ, ਅਸੀਂ ਜਿਹੜੇ ਸੈਂਪਲ ਆ ਉਹ ਕਲੈਕਟ ਕਰਕੇ ਅਸੀਂ ਆਪਣੀ ਲੈਬੋਰਟਰੀ 'ਚ ਭੇਜਦੇ ਹਾਂ, ਉਹ ਲੈਬੋਰਟਰੀ ਉਹਦੇ ਅਕੋਰਡਿੰਗ ਟੂ ਪੈਰਾਮੀਟਰਸ ਉਹ ਟੈਸਟ ਕਰਦੀ ਹੈ, ਟੈਸਟ ਕਰਨ ਤੋਂ ਬਾਅਦ ਜਦੋਂ ਰਿਪੋਰਟ ਆ ਜਾਂਦੀ ਹੈ ਤਾਂ ਅਕੋਰਡਿੰਗ ਟੂ ਲਾਅ ਉਹਦੇ ਉੱਤੇ ਪ੍ਰੋਸੀਡਿੰਗਸ ਕੀਤੀਆਂ ਜਾਂਦੀਆਂ ਨੇ। ਸਰ ਜੇ ਮਾਨਵੀ ਦੀ ਗੱਲ ਕਰੀਏ, ਜਿਹਦੀ ਮੌਤ ਹੋ ਗਈ ਸੀ, ਕੇਕ ਦਾ ਹਵਾਲਾ ਦਿੱਤਾ ਗਿਆ ਕਿ ਕੇਕ ਖਾਣ ਨਾਲ ਹੋਈ ਹੈ, ਅਤੇ ਹੁਣ ਉਹਦੀ ਜਿਹੜੀ ਮੇਦੇ ਦੀ ਰਿਪੋਰਟ ਹੈ, ਕਿਹਾ ਸੀ ਕਿ ਜਿਹੜਾ ਵਿਸਰਾ ਹੈਗਾ ਜਾਂ ਸਰੀਰ ਦੇ ਵੱਖ ਵੱਖ ਅੰਗਾਂ ਦੇ ਸੈਂਪਲ ਭੇਜੇ ਨੇ, ਉਹ ਰਿਪੋਰਟ ਹਜੇ ਬਾਅਦ 'ਚ ਆਉਣੀ ਹੈ, ਪਰ ਜੇਕਰ ਅਸੀਂ ਇਹ ਦੇਖੀਏ ਕਿ ਜੇ ਰਿਪੋਰਟ ਦੇ ਵਿੱਚ ਕੋਈ ਐਸਾ ਪਦਾਰਥ ਪਾਇਆ ਜਾਂਦਾ ਤਾਂ ਸਿਹਤ ਵਿਭਾਗ
ਉਹਦੇ ਵਿੱਚ ਪਾਰਟੀ ਬਣੂਗਾ, ਜਿਹੜਾ ਪਰਿਵਾਰ ਹੈ ਉਹ ਪਾਰਟੀ ਬਣ ਕੇ ਪੁਲਿਸ ਕੋਲ ਜਾਊਗਾ। ਨਹੀਂ, ਉਹਦੇ ਵਿੱਚ ਤਾਂ ਜਿਹੜੇ ਉਹ ਪੁਲਿਸ ਨੇ ਹੀ ਕੇਸ ਰਜਿਸਟਰ ਕਰਨਾ ਹੈਗਾ, ਉਹਦੇ ਵਿੱਚ ਸਾਡੇ ਦਾ ਨਾਲ ਤਲਕ ਨਹੀਂ ਰੱਖਦੇ, ਕਿਉਂਕਿ ਉਹ ਪੋਸਟਮਾਰਟਮ ਡਾਕਟਰਸ ਦੱਸਣਗੇ ਜਾਂ ਰਿਪੋਰਟਾਂ ਦੱਸਣਗੀਆਂ। ਰਿਪੋਰਟਾਂ ਜੀ। ਡਾਕਟਰ ਸਾਹਿਬ, ਇੱਕ ਲਾਸਟ ਸਵਾਲ ਹੈ ਮੇਰਾ ਕਿ ਜਿਹੜਾ ਇਹ ਸਬ ਸਟੈਂਡਰਡ ਆਇਆ 2 ਦਾ, ਇਹਦੇ ਵਿੱਚ ਕਿੰਨੀ ਕੁ ਜਿਹੜੀ ਕਾਨੂੰਨੀ ਕਾਰਵਾਈ ਹੈ ਸਿਹਤ ਵਿਭਾਗ ਵੱਲੋਂ ਹੁੰਦੀ ਹੈ, ਅਤੇ ਉਹ ਕਿੰਨੀ ਕੁ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਜਾ ਰਹੀ ਹੈ? ਨਹੀਂ, ਅਸੀਂ ਉਹਨਾਂ ਦੇ ਉੱਤੇ ਲੀਗਲ ਕੇਸ ਪਾਵਾਂਗੇ ਸਬ ਸਟੈਂਡਰਡ ਦਾ, ਉਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਹੀ ਜੋ ਕਰਨਾ ਤਾਂ ਉਹ ਕੀਤਾ ਜਾਊਗਾ।